ਅਨੋਖੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਤੇ ਜਿੱਥੇ ਕਿ ਗੁਰਦੁਆਰਾ ਸਾਹਿਬ ਵਿਖੇ ਰੌਣਕਾਂ ਲੱਗੀਆਂ ਨੇ, ਪਰ ਉੱਥੇ ਹੀ ਸੰਗਤ ਦੀ ਸ਼ਰਧਾ ਦੇ ਸਦਕਾ ਜੋ ਅਟੁੱਟ ਲੰਗਰ ਹੈ ਉਹ ਵੀ ਲੱਗੇ ਨੇ। ਅੱਜ ਇੱਕ ਅਜਿਹੇ ਲੰਗਰ ਤੇ ਆ ਪਹੁੰਚੇ ਹਾਂ ਜਿੱਥੇ ਕਿ ਸਿੱਖਿਆ ਦਾ ਲੰਗਰ ਲਗਾਇਆ ਗਿਆ, ਬੱਚਿਆਂ ਨੂੰ ਸਿੱਖਿਆ ਦੇ ਨਾਲ ਜੋੜਨ ਦਾ ਇੱਕ ਉਪਰਾਲਾ ਇਹਨਾਂ ਸਿੰਘਾਂ ਦੇ ਵੱਲੋਂ ਕੀਤਾ ਗਿਆ। ਤੁਸੀਂ ਦੇਖ ਸਕਦੇ ਹੋ ਕਿ ਕਾਪੀ ਪੈਨਸਲ ਜੋ ਹੈ ਇਹ ਬੱਚਿਆਂ ਨੂੰ ਦਿੱਤੀ ਜਾ ਰਹੀ ਹੈ ਔਰ ਇੱਕ ਚੰਗਾ ਸੁਨੇਹਾ ਜੋ ਹੈ ਉਹਨਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਜ਼ਰੂਰ ਕੀਤੀ ਜਾ ਰਹੀ ਹੈ। ਹਰ ਕੋਈ ਵੱਖੋ ਵੱਖ ਢੰਗ ਨਾਲ, ਕੋਈ ਫਲਾਂ ਦਾ ਲੰਗਰ ਲਾ ਰਿਹਾ, ਕੋਈ ਹੋਰ ਕਿਸੇ ਮਿਠਾਈ ਦਾ ਲੰਗਰ ਲਾ ਰਿਹਾ। ਸਿੱਖਿਆ ਦਾ ਲੰਗਰ ਕਿਉਂ ਲਗਾਇਆ ਜਾ ਰਿਹਾ, ਕੀ ਲੋੜ ਕੀ ਲੱਗੀ ਅੱਜ ਦੇ ਸਮਾਜ ਦੇ ਵਿੱਚ? ਇਸਲੇ ਪੰਜਾਬ 'ਚ ਬਹੁਤ ਜ਼ਿਆਦਾ ਲੋੜ ਹੈ ਕਿ ਪੰਜਾਬ ਦਾ ਜਿਹੜਾ ਯੁਵਾ ਹੈ ਸਿਰਫ ਪਲੱਸ ਟੂ ਕਰਕੇ ਤੇ ਬਾਹਰ ਜਾਣ ਦੀ ਕੋਸ਼ਿਸ਼ ਕਰ ਰਿਹਾ, ਸਿਰਫ ਪਲੱਸ ਟੂ ਕਰਕੇ ਬਾਹਰ ਜਾਣ ਦੀ ਕੋਸ਼ਿਸ਼ ਕਰ। ਅਸੀਂ ਕਹਿੰਦੇ ਵੀ ਸਾਡਾ ਜਿਹੜਾ ਯੁਵਕ ਆ ਉਹ ਪਲੱਸ ਟੂ ਤੋਂ ਅੱਗੇ ਵੀ ਪੜ੍ਹੇ, IPS ਕਰੇ, IAS ਬਣੇ, ਅੱਛੇ ਅੱਛੇ ਇੱਥੇ ਵੀ ਬਹੁਤ ਨੌਕਰੀਆਂ ਨੇ, ਇੱਥੇ ਅੱਛੀ ਅੱਛੀ ਪੜ੍ਹਾਈ ਕਰਕੇ ਪੰਜਾਬ 'ਚ ਹੀ ਰਹੇ ਅਤੇ ਪੰਜਾਬ ਨੂੰ ਤਰੱਕੀ ਵੱਲ ਲੱਗੇ ਜਾਵੇ। ਇਸ ਕਰਕੇ ਚਾਹੁੰਦੇ ਕਿ ਪੰਜਾਬ ਦੇ ਯੁਵਕ ਨੂੰ ਪੜ੍ਹਾਇਆ ਜਾਵੇ। ਅਸੀਂ ਇਹ ਨਹੀਂ ਵੀ ਸਿਰਫ ਨਰਸਰੀ ਕਲਾਸ ਤੋਂ ਬੱਚਿਆਂ ਨੂੰ ਪੜ੍ਹਾਉਣਾ ਜਾਂ ਪਲੱਸ ਫਸਟ ਕਲਾਸ, ਸੈਕਿੰਡ ਕਲਾਸ, ਥਰਡ ਕਲਾਸ, ਅਸੀਂ 10th ਤੋਂ ਬਾਅਦ ਵੀ ਜਿਹੜਾ ਬੱਚਾ ਅੱਗੇ ਪੜ੍ਹਨਾ ਚਾਹੁੰਦਾ ਜੇ ਇੰਟੈਲੀਜੈਂਟ ਹੈ ਤਾਂ ਅਸੀਂ ਪੂਰੀ ਸਹਿਯੋਗ ਕਰਾਂਗੇ। ਇਸਦਾ ਸਾਰਾ ਫਿਰ ਫੀਸ ਦਾ ਲੈ ਕੇ ਜਿਹੜਾ ਸਾਰਾ ਖਰਚਾ ਉਹ ਕੌਣ ਚੁੱਕੇਗਾ, ਕਿਹਨਾਂ ਵੱਲੋਂ? ਸਾਡੀ ਸੰਸਥਾ ਵੱਲੋਂ ਚੁੱਕਿਆ ਜਾ ਗਿਆ, ਸਾਡੇ ਸਾਥੀ ਨੇ ਭਾਈ ਦਸਨ ਸਿੰਘ ਹੋਣੀ ਨੇ, ਸਾਡੇ ਸੇਵਕ ਸਭਾ ਜੋੜਾਘਰ ਜੀ। ਅਸੀਂ ਪਹਿਲਾਂ ਤਾਂ ਸਿਰਫ ਪਾਲਿਸੀ ਸੇਵਾ ਕਰਦੇ ਜੀ, ਜੋੜੇਘਰ ਸੇਵਾ ਕਰਦੇ, ਇੱਥੇ ਲੰਗਰ ਲਗਾਈਦਾ ਜੀ। ਇਸ ਤੋਂ ਪਹਿਲਾਂ ਆਪਾਂ ਖੂਨਦਾਨ ਕੈਂਪ ਵੀ ਲਗਾਉਂਦੇ ਸੀ, ਲੋੜਵੰਦ ਬੰਦਿਆਂ ਨੂੰ ਖੂਨ, ਲੋੜਵੰਦ ਬੱਚਿਆਂ ਨੂੰ ਖੂਨ ਵੀ ਦਿੰਦੇ ਸੀ ਜੇ ਥੈਲੀਸੀਮੀਆ ਦੇ ਮਰੀਜ਼ ਨੇ। ਹੁਣ ਅਸੀਂ ਵਿਦਿਆ ਦਾ ਸ਼ੁਰੂ ਕੀਤਾ, ਇਸ ਤੋਂ ਬਾਅਦ ਸਾਡਾ ਸ਼ਾਇਦ ਹੈਲਥ ਦਾ ਵੀ ਇਰਾਦਾ, ਜਿਹੜੇ ਲੋਕ ਮਰੀਜ਼ ਨੇ ਇਲਾਜ ਨਹੀਂ ਕਰਾ ਪਾਉਂਦੇ। ਦੇਖੋ ਅਸੀਂ ਹੁਣ ਉਪਰਾਲਾ ਕੀਤਾ, ਐਤਕੀ ਅਸੀਂ ਇਸ ਵਾਰ ਤਾਂ ਅਸੀਂ ਸਿਰਫ ਕਾਪੀ ਪੈਨਸਲ ਹੀ ਵੰਡ ਰਹੇ ਹਾਂ, ਅਸੀਂ ਇੱਕ ਕਾਪੀ ਦਾ ਇੱਕ ਪੈਨਸਲ ਦੇ ਰਹੇ ਹਾਂ। ਸਾਡੀ ਸ਼ੁਰੂਆਤ ਹੈ ਇੱਕ, ਸਿਰਫ ਜਿਹੜੇ ਬੱਚੇ ਪੜ੍ਹਨਾ ਚਾਹੁੰਦੇ ਨੇ ਇੰਟੈਲੀਜੈਂਟ ਨੇ ਤੇ ਉਹਨਾਂ ਕੋਲ ਮੰਗੀ ਹੈ ਨਹੀਂ, ਸਾਧਨ ਨਹੀਂ ਹੈਗੇ ਪੜ੍ਹਨ ਦੇ, ਉਹਨਾਂ ਦਾ ਅਸੀਂ ਪੂਰਾ ਸਾਥ ਦੇਵਾਂਗੇ। ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਆ ਸੇਵਾ ਦੇ ਵਿੱਚ ਮੌਜੂਦ ਹੋ, ਕਹਿ ਸਕਦੇ ਹਾਂ ਕਿ ਦੂਰੋਂ ਦੂਰੋਂ ਜਿੱਥੇ ਸੰਗਤਾਂ ਇੱਥੇ ਆ ਰਹੀਆਂ, ਪਰ ਇੱਕ ਵਿਲੱਖਣ ਲੰਗਰ ਦੀ ਸ਼ੁਰੂਆਤ ਤੁਹਾਡੇ ਵੱਲੋਂ ਕੀਤੀ ਗਈ ਹੈ, ਕਿੰਨਾ ਖੁਦ ਨੂੰ ਮਾਣ? ਦੇਖੋ ਮੇਰਾ ਮਾਨਣਾ ਇਹ ਹੈ ਵੀ ਗਿਆਨ ਜਿਹੜਾ ਹੈ ਨਾ ਇਹ ਜਿਹਾ ਖਜ਼ਾਨਾ ਜਿਹੜਾ ਕੋਈ ਖੋ ਨਹੀਂ ਸਕਦਾ, ਤੇ ਗਿਆਨ ਹਰ ਬੱਚੇ ਨੂੰ ਮਿਲਣਾ ਚਾਹੀਦਾ ਹੈ। ਜਿਹੜਾ ਬੱਚਾ ਨਹੀਂ ਪੜ੍ਹ ਸਕਦਾ ਜਾਂ ਜਿਹਨਾਂ ਬੱਚਿਆਂ ਕੋਲ ਇੰਨੀ ਸਮਰੱਥਾ ਨਹੀਂ ਹੈ ਕਿ ਉਹ ਪੜ੍ਹ ਨਹੀਂ ਸਕਦੇ, ਸਾਡੀ ਕੋਸ਼ਿਸ਼ ਹੈ ਕਿ ਉਹਨਾਂ ਬੱਚਿਆਂ ਨੂੰ ਪੜ੍ਹਾਇਆ ਜਾਏ, ਪੰਜਾਬ ਦਾ ਭਵਿੱਖ ਉਜਵਲ ਕੀਤਾ ਜਾਵੇ, ਆਪਣੇ ਦੇਸ਼ ਦਾ ਭਵਿੱਖ ਉਜਵਲ ਕੀਤਾ ਜਾਵੇ, ਤੇ ਪ੍ਰਭੂ ਦੀ ਕਿਰਪਾ ਦੇ ਨਾਲ, ਪਰਮਾਤਮਾ ਦੀ ਕਿਰਪਾ ਨਾਲ ਸਾਡੇ ਦਿਮਾਗ 'ਚ ਇਹ ਚੀਜ਼ ਆਈ ਕਿ ਕਿਉਂ ਨਾ ਗਿਆਨ ਦਾ ਲੰਗਰ ਲਗਾਇਆ ਜਾਏ। ਜਿੱਥੇ ਲੋਕੀ ਖਾਣ ਪੀਣ ਦੀ ਚੀਜ਼ਾਂ ਦਾ ਲੰਗਰ ਲਗਾਉਂਦੇ, ਕਿਉਂ ਨਾ ਗਿਆਨ ਦਾ ਲੰਗਰ ਲਗਾਇਆ ਜਾਏ, ਬੱਚਿਆਂ ਨੂੰ ਉਪਰਾਲਾ ਕੀਤਾ ਜਾਵੇ ਕਿ ਬੱਚੇ ਪੜ੍ਹਾਈ ਨਾਲ ਜੁੜਨ। ਕਿਸ ਤਰ੍ਹਾਂ ਦੇਖਦੇ ਹੋ ਕਿ ਅੱਜ ਜਿੱਥੇ ਕਿ ਕਾਪੀਆਂ ਵੰਡੀਆਂ ਜਾ ਰਹੀਆਂ ਨੇ, ਬੱਚਿਆਂ ਤੱਕ ਇੱਕ ਚੰਗੀ ਸੋਚ ਨੂੰ ਵੀ ਪਹੁੰਚਾਉਣ ਦਾ ਜੋ ਉਪਰਾਲਾ ਕੀਤਾ ਗਿਆ, ਤਾਂ ਕਿਸ ਤਰ੍ਹਾਂ ਪੰਜਾਬ ਦਾ ਭਵਿੱਖ ਜਦੋਂ ਅਸੀਂ ਪੜ੍ਹਦੇ ਰਾਹਾਂ ਤੇ ਦੇਖਦੇ ਹਾਂ ਤੇ ਖੁਦ ਨੂੰ ਵੀ ਕਿੰਨਾ ਕੁ ਮਾਣ ਹੋਏਗਾ ਕਿ ਪੰਜਾਬ ਫਿਰ ਉਹਨਾਂ ਸਿਖਰਾਂ ਦੇ? ਬਹੁਤ ਮਾਣ ਹੋਏਗਾ ਕਿ ਪੰਜਾਬ ਉਹਨਾਂ ਸਿਖਰਾਂ ਤੇ ਪਹੁੰਚੇ, IPS ਬਣਨ, IPS ਬਣਨ, ਸਾਡੇ ਫੌਜੀ ਸਰਕਾਰੀ ਪੁਲਿਸ 'ਚ ਹਰ ਜਗ੍ਹਾ ਸਾਡੇ ਆਪਣੇ ਬੰਦੇ ਪੰਜਾਬ ਦੇ ਬੰਦੇ ਹੋਣ, ਬਾਹਰੋਂ ਜੋ ਅਸੀਂ ਇਨਕਰੇਟ ਕਰਦੇ ਹਾਂ, ਬਾਹਰ ਦੀਆਂ ਸਟੇਟਾਂ 'ਚੋਂ ਲੈਂਦੇ ਹਾਂ, ਤੇ ਪੰਜਾਬ ਦੇ ਬੱਚੇ ਬਾਹਰ ਜਾ ਰਹੇ ਆ, ਪੰਜਾਬ ਦਾ ਅੱਗੋਂ ਕੀ ਬਣੇਗਾ? ਇਹਨੂੰ ਵੀ ਪੰਜਾਬ 'ਚ ਅੱਜ ਕੱਲ੍ਹ ਨਸ਼ਿਆਂ ਦੇ ਵਿੱਚ ਬੱਚਾ ਜਿਹੜਾ ਹੈ, ਅੱਜ ਕੱਲ੍ਹ ਦਾ ਯੁਵਾ ਜਿਹੜਾ ਹੈ ਉਹ ਭਟਕਦਾ ਜਾਂਦਾ ਪਿਆ, ਨਸ਼ਿਆਂ ਦੇ ਵਿੱਚ ਭਟਕਦਾ ਜਾਂਦਾ ਹੈ। ਗਿਆਨ ਨਾਲ ਬੱਚੇ ਜਿਹੜੇ ਉਹਨਾਂ ਨੂੰ ਸਹੀ ਰਾਹ ਮਿਲੇਗੀ, ਬੱਚਿਆਂ ਨੂੰ ਅਸੀਂ ਪੜ੍ਹਾਵਾਂਗੇ ਤੇ ਉਹਨਾਂ ਨੂੰ ਰੋਜ਼ਗਾਰ ਦੇਵਾਂਗੇ। ਮੈਨੂੰ ਲੈ ਤੇ ਲੱਗਦਾ ਸਾਡੇ ਪੰਜਾਬ ਦਾ ਭਵਿੱਖ ਉਜਵਲ ਹੋਏਗਾ, ਕਿਉਂਕਿ ਪੰਜਾਬ ਤੇ ਸਾਰੇ ਮਾਣ ਕਰਦੇ, ਸਾਡੇ ਦੇਸ਼ ਤੇ ਮਾਣ, ਦੇਸ਼ ਵੀ ਮਾਣ ਕਰਦਾ ਪੰਜਾਬ ਤੇ। ਜੈਕਾਰਿਆਂ ਦੀ ਗੂੰਜ ਦੇ ਨਾਲ ਅੱਜ ਇਸ ਲੰਗਰ ਦੀ ਜੋ ਸ਼ੁਰੂਆਤ ਕੀਤੀ ਗਈ ਹੈ, ਫਤਿਹ ਦੀ ਸਾਂਝ, ਬੋਲੇ ਸੋਨਿਆ ਕਾਲ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ, ਇਹਨਾਂ ਗੁਰੂ ਦੇ ਸਿੱਖਾਂ ਦੇ ਵੱਲੋਂ ਅੱਜ ਇਸ ਵਿਲੱਖਣ ਲੰਗਰ ਦੀ ਜੋ ਸ਼ੁਰੂਆਤ ਹੈ ਗੁਰਦੁਆਰਾ ਸ਼ਹੀਦਗੰਜ ਸਾਹਿਬ ਦੇ ਸਾਹਮਣੇ ਠੀਕ ਹੈ ਕੀਤੀ ਗਈ ਹੈ। ਤੁਸੀਂ ਦੇਖ ਸਕਦੇ ਹੋ ਕਿ ਬੱਚਿਆਂ ਨੂੰ ਕਾਪੀਆਂ ਪੈਨਸਲਾਂ ਇੱਥੇ ਜੋ ਨੇ ਵੰਡੀਆਂ ਜਾ ਰਹੀਆਂ ਨੇ, ਔਰ ਇੱਕ ਸੋਚ ਹੈ ਪਿੱਛੇ ਕਿ ਪੰਜਾਬ ਦਾ ਯੁਵਾ ਪੜ੍ਹੇ ਲਿਖੇ, ਪੰਜਾਬ ਦਾ ਨਾਮ ਰੋਸ਼ਨ ਕਰੇ, ਤਾਂ ਉਸਦੇ ਸਦਕਾ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਤੱਕ ਇਸ ਵਿਲੱਖਣ ਲੰਗਰ ਦੀ ਜੋ ਸ਼ੁਰੂਆਤ ਉਹਨਾਂ ਕੀਤੀ ਗਈ। ਉਹਨਾਂ ਕਿਹਾ ਕਿ ਖਾਣ ਪੀਣ ਦਾ ਲੰਗਰ ਦੇਸ਼ ਦੁਨੀਆਂ ਦੇ ਵਿੱਚ ਵਸਦੀ ਸੰਗਤ ਲਗਾਉਂਦੀ ਹੈ, ਪਰ ਹੁਣ ਦੇ ਸਮਾਜ ਨੂੰ ਲੋੜ ਹੈ ਸਿੱਖਿਆ ਦੀ। ਜੇ ਪੰਜਾਬ ਦਾ ਨੌਜਵਾਨ, ਪੰਜਾਬ ਦਾ ਬੱਚਾ ਪੜ੍ਹੇਗਾ ਸਿੱਖੇਗਾ ਤਾਂ ਪੰਜਾਬ ਦਾ ਭਵਿੱਖ ਵੀ ਸਿਖਰਾਂ ਤੇ ਪਹੁੰਚੇਗਾ, ਤੇ ਉਸਦੇ ਸਦਕਾ ਹੀ ਅੱਜ ਇਸ ਲੰਗਰ ਦੀ ਜੋ ਸ਼ੁਰੂਆਤ ਹੈ ਉਹ ਕੀਤੀ ਗਈ ਹੈ। ਤੁਸੀਂ ਦੇਖ ਸਕਦੇ ਹੋ ਕਿ ਵੱਡੀ ਤਾਦਾਦ ਦੇ ਵਿੱਚ ਸੰਗਤ ਆਪਣੇ ਬੱਚਿਆਂ ਨੂੰ ਲੈ ਕੇ ਇੱਥੇ ਪਹੁੰਚੀ ਹੋਈ ਹੈ, ਔਰ ਇੱਕ ਸੁਨੇਹਾ ਜ਼ਰੂਰ ਇਹ ਜੋ ਪਹੁੰਚਾਉਣ ਦੀ ਕੋਸ਼ਿਸ਼ ਹੈ ਕਿ ਸਭ ਜੋ ਪੜ੍ਹ ਲਿਖ ਕੇ ਪੰਜਾਬ ਦਾ ਨਾਮ ਰੋਸ਼ਨ ਕਰਨ ਅਜੇ, ਤਾਂ ਜੋ ਪੰਜਾਬ ਦੇ ਵਿੱਚ ਜੋ ਖੁਸ਼ਹਾਲੀ ਤਾਂ ਵਧੇ ਹੀ ਵਧੇ, ਪਰ ਨਾਲ ਹੀ ਸਿੱਖਿਅਕ ਅਦਾਰਿਆਂ ਨੂੰ ਲੈ ਕੇ ਜਿੱਥੇ ਕਿ ਕਈ ਬੱਚੇ ਅਜਿਹੇ ਨੇ ਜੋ ਕਿ ਕਿਸੇ ਕਾਰਨ ਵਜੋਂ ਪੜ੍ਹਾਈ ਦੇ ਵਿੱਚ ਵੀ ਸਮਰੱਥਾ ਨਹੀਂ ਰੱਖ ਪਾਉਂਦੇ, ਉਹਨਾਂ ਕੋਲ ਕਹਿ ਸਕਦੇ ਹਾਂ ਕਿ ਸਾਧਨ ਵੀ ਇੰਨੇ ਨਹੀਂ ਹੁੰਦੇ ਕਿ ਉਹ ਪੜ੍ਹ ਲਿਖ ਸਕਣ, ਤਾਂ ਉਸਦੇ ਸਦਕਾ ਇਸ ਸੰਸਥਾ ਦੇ ਵੱਲੋਂ ਅੱਜ ਇਹ ਵਿਲੱਖਣ ਲੰਗਰ ਜੋ ਹੈ ਲਗਾਇਆ ਗਿਆ, ਔਰ ਸਭਨਾਂ ਨੂੰ ਇੱਕ ਸੁਨੇਹਾ ਦਿੱਤਾ ਗਿਆ ਕਿ ਸਮਾਜ ਨੂੰ ਅਸੀਂ ਸਿਖਰਾਂ ਤੇ ਪਹੁੰਚਾਈਏ, ਸਭ ਪੜ੍ਹ ਲਿਖ ਕੇ ਪੰਜਾਬ ਦਾ ਨਾਂ ਰੋਸ਼ਨ ਕਰਨਗੇ, ਤਾਂ ਜੋ ਦੇਸ਼ ਦੁਨੀਆਂ ਦੇ ਵਿੱਚ ਪੰਜਾਬ ਦਾ ਕੱਦ ਵੱਧ ਸਕੇ। ਅੰਮ੍ਰਿਤਸਰ ਤੋਂ ਨਿਤੀਸ਼ ਸਬਰਵਾਲ, ਨਿਊਜ਼ 18 ਪੰਜਾਬ।